ਸੋਹਰੇ ਦੇ ਵੱਲੋਂ ਹੀ ਆਪਣੀ ਨੂੰਹ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਸੋਹਰਾ ਨੂੰਹ ਦੇ ਉੱਤੇ ਨਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ, ਜਿਸ ਦੇ ਚੱਲਦਿਆਂ ਲਾਠੀ ਡੰਡਿਆਂ ਦੇ ਨਾਲ ਕਿਹਾ ਜਾ ਰਿਹਾ ਕਿ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੂੰਹ ਦੇ ਉੱਤੇ ਉਸ ਦੇ ਪਹਿਲਾਂ ਪੋਲੀਥੀਨ ਪਾਇਆ ਜਾਂਦਾ ਹੈ ਤੇ ਪੋਲੀਥੀਨ ਪਾਉਣ ਤੋਂ ਬਾਅਦ ਲਾਠੀ ਡੰਡਿਆਂ ਦੇ ਨਾਲ ਕਈ ਵਾਰ ਕੀਤੇ ਜਾਂਦੇ ਨੇ। ਹਾਲਾਂਕਿ ਜਦੋਂ ਸੋਹਰੇ ਦੀ ਤਸੱਲੀ ਨਹੀਂ ਹੁੰਦੀ ਕਿ ਉਸਦੀ ਨੂੰਹ ਮਰ ਚੁੱਕੀ ਹੈ ਤਾਂ ਉਸ ਤੋਂ ਬਾਅਦ ਉਸਦਾ ਗਲਾ ਘੋਟ ਦਿੱਤਾ ਜਾਂਦਾ ਹੈ। ਤਾਂ ਦੱਸ ਦਈਏ ਕਿ ਅਕਸਰ ਹੀ ਨੂੰਹ ਦੇ ਵੱਲੋਂ ਕਿਹਾ ਜਾ ਰਿਹਾ ਕਿ ਘਰ 'ਚ ਕਾਫ਼ੀ ਕਲੇਸ਼ ਕੀਤਾ ਜਾਂਦਾ ਸੀ, ਪਤੀ ਦੇ ਨਾਲ ਅਕਸਰ ਦੋਵਾਂ ਦੇ ਵਿਚਕਾਰ ਅਣਬਣ ਰਹਿੰਦੀ ਸੀ ਤੇ ਇਸ ਤੋਂ ਦੁਖੀ ਹੋ ਕੇ ਸਹੁਰੇ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ। ਹੈਰਾਨੀ ਵਾਲੀ ਗੱਲ ਇਸ ਦੇ ਵਿੱਚ ਇਹ ਹੈ ਕਿ ਜਦੋਂ ਸਹੁਰੇ ਨੇ ਆਪਣੀ ਨੂੰਹ ਦਾ ਕਤਲ ਕਰ ਦਿੱਤਾ ਤਾਂ ਉਸ ਤੋਂ ਬਾਅਦ ਖੁਦ ਹੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਤਾਂ ਪਤੀ ਜਦੋਂ ਔਰਤ ਦਾ ਆ ਕੇ ਦੇਖਦਾ ਹੈ ਤਾਂ ਉਸਦੇ ਵੀ ਇੱਕ ਵਾਰ ਤਾਂ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਫਿਰ ਹੁਣ ਪੁਲਿਸ ਦੇ ਵੱਲੋਂ ਜੋ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਯਾਨੀ ਕਿ ਸਹੁਰਾ ਅਤੇ ਔਰਤ ਦੇ ਪਤੀ ਨੂੰ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ। 23 ਸਾਲ ਵਿਆਹੁਤਾ ਦੀ ਉਮਰ ਦੱਸੀ ਜਾ ਰਹੀ ਹੈ, ਜਿਸ ਦੇ ਉੱਤੇ ਸਹੁਰਾ ਨਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ। ਤਾਂ ਦੱਸ ਦਈਏ ਕਿ ਜਿਸ ਦਿਨ ਕਤਲ ਕੀਤਾ ਗਿਆ ਉਸ ਦਿਨ ਵੀ ਦੋਵੇਂ ਪਤੀ ਪਤਨੀ ਪਹਿਲਾਂ ਸਵੇਰੇ ਪਾਰਕ ਦੇ ਵਿੱਚ ਗਏ ਤੇ ਉੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਝਗੜਾ ਹੋ ਜਾਂਦਾ ਹੈ ਤੇ ਸਹੁਰੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਤੇ ਸਹੁਰਾ ਜੋ ਹੈ ਕਾਫ਼ੀ ਗੁੱਸੇ ਦੇ ਵਿੱਚ ਆ ਜਾਂਦਾ ਹੈ ਤੇ ਜਦੋਂ ਪਤੀ ਔਰਤ ਦਾ ਚਲਾ ਜਾਂਦਾ, ਯਾਨੀ ਕਿ ਬੇਟਾ ਬਾਹਰ ਚਲਾ ਜਾਂਦਾ, ਤਾਂ ਉਸ ਤੋਂ ਬਾਅਦ ਸਹੁਰਾ ਗੁੱਸੇ ਦੇ ਵਿੱਚ ਹੋਣ ਕਾਰਨ ਲਾਠੀ ਡੰਡੇ ਲੈ ਕੇ ਆਉਂਦਾ ਅਤੇ ਨੂੰਹ ਦੇ ਸਿਰ ਦੇ ਉੱਤੇ ਕਈ ਵਾਰ ਕੀਤੇ ਜਾਂਦੇ ਨੇ ਤੇ ਜਦੋਂ ਤੱਕ ਨੂੰਹ ਮਰਦੀ ਨਹੀਂ ਉਸਦੇ ਮੂੰਹ ਦੇ ਉੱਤੇ ਲਿਫਾਫਾ ਪਾ ਕੇ ਉਸਦੇ ਗਲੇ ਨੂੰ ਘੋਟ ਕੇ ਰੱਖਦਾ ਹੈ। ਤਾਂ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਔਰਤ ਦੀ ਮੌਤ ਹੋ ਗਈ ਹੈ ਤੇ ਫਿਰ ਸਹੁਰੇ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ। ਤਾਂ ਦੱਸ ਦਈਏ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਇਹ ਮਾਮਲਾ ਗੁਰੂਗ੍ਰਾਮ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸਹੁਰੇ ਦੇ ਵੱਲੋਂ ਹੀ ਨੂੰਹ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਔਰਤ ਦੇ ਪਤੀ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਰੀਬ 12:30 ਕਰੀਬ ਹਮਾਰੇ ਕੰਟਰੋਲ ਰੂਮ ਇੱਕ ਸੂਚਨਾ ਮਿਲੀ ਥੀ ਕਿ ਕਿਸੇ ਮਹਿਲਾ ਕੀ ਅਭੀ ਹੱਤਿਆ ਹੋਈ ਹੈ, ਔਰ ਸੂਚਨਾ ਪਾ ਕਰਕੇ ਮੈਂ ਮੌਕੇ ਪਰ ਜਬ ਦਲਬਲ ਕੇ ਸਾਥ ਗਿਆ ਤੋ ਵਹਾਂ ਪਰ ਦੇਖਾ ਕਿ ਇੱਕ ਮਹਿਲਾ ਜਿਸਕਾ ਨਾਮ ਬਾਅਦ ਮੇਂ ਪਤਾ ਚਲਾ ਅਮਿਤਾ ਹੈ, ਉਸਕੀ ਏਜ ਕਰੀਬ 23 ਸਾਲ ਹੈ, ਔਰ ਵੋ ਬੈੱਡ ਪੇ ਮਰਤ ਅਵਸਥਾ ਮੇਂ ਪੜੀ ਥੀ, ਜਿਸਕਾ ਪਤੀ ਔਰ ਉਸਕੇ ਸਸੁਰ ਘਰ ਪੇ ਮਿਲੇ ਔਰ ਉਸਕੀ ਹਮਨੇ ਅਭੀ ਛਾਨਬੀਨ ਮੇਂ ਲਗੇ ਹੋਏ ਹੈ, ਦੇਖਤੇ ਹੈ ਮਰਡਰ ਕੈਸੇ ਹੁਆ ਹੈ ਔਰ ਕਿਆ ਪਰਿਸਥਿਤੀ ਥੀ ਔਰ ਕਿਸ ਕਾਰਨ ਸੇ ਮਰਡਰ ਹੁਆ ਹੈ। इसकी हत्या करीब 11:30 के करीब बताई जा रही है, और सूचना पाकर के हम तुरंत मौके पर पहुंचे थे। जो स्थिति के ऊपर अभी ससुर और पति मिले हैं, अभी पूछताछ करेंगे और जैसे भी उसके परिजन आएंगे उसके बाद स्टेटमेंट रिकॉर्ड करेंगे और पर्चा दर्ज करके उसकी इन्वेस्टिगेशन करेंगे। ये बेसिक जावली गाँव है, उधर सोनीपत डिस्ट्रिक्ट में वहाँ की रहने वाली है। उसके पिता से हमारा संपर्क हुआ है और जब भी उसके पिता या उसके पेरेंट्स जो भी परिजन परिवार के आएंगे जैसे भी स्टेटमेंट रिकॉर्ड कराएंगे आगे की कार्रवाई।